सुना सुना के फैसले अच्छा। तेन एक लतीफा सुनाना पै आज का पै पुत्र तू मम्मी पैना चाहू जी आहो बह और सारी जिंदगी बूहे च नहीं होना पैना पै ला तेन लतीफा सुनावा अच्छा। एक बंदे ने मकान किराए ते ले लिया घर वाले
ਤੁਹਾਨੂੰ ਮੁਬਾਰਕ ਹੋਵੇ, ਉੱਤੋਂ ਤੁਹਾਡੀ ਜਗ੍ਹਾ ਵੱਧ ਗਈ ਜੇ। ਆਸ਼ਕਾ ਹਾਂਜੀ, ਆ ਲਤੀਫਾ ਤੇਰਾ ਹੀ ਤਰੀਖਾ ਵੀ ਤੂੰ ਹੀ ਭੁਗਤਣੀ ਹੈ। ਉਹ ਮਰ ਗਏ ਉਹ ਚਵਲੇ ਜਈਏ ਇੱਥੇ ਬਹਿ ਕੇ ਆ ਸਮੁੰਦਰ ਕਿੱਧਰ ਭਜਾ ਫਿਰਨਾ। ਇੱਕ ਬੱਚਾ ਭਜਾ ਘਰ, ਕਹਿੰਦਾ ਅਬੂ ਅਬੂ ਸਾਊਦੀ ਅਰਬ ਦਾ ਬਾਦਸ਼ਾਹ ਮਰ ਗਿਆ। ਬੱਚਾ ਭਜਾ ਨਾ ਚੋਰ ਜੀ, ਤੇ ਕਹਿੰਦਾ ਬਾਬੂ ਸਾਊਦੀ ਅਰਬ ਦਾ ਬਾਦਸ਼ਾਹ ਮਰ ਗਿਆ। ਕਹਿੰਦਾ ਬਾਬੂ ਸਾਊਦੀ ਅਰਬ ਦਾ ਬਾਦਸ਼ਾਹ ਮਰ ਗਿਆ। ਕਹਿੰਦਾ ਪੁੱਤਰ ਉਹਨੇ ਮਾਰੀ ਜਾਣਾ ਸੀ, ਬੜੀ ਦੇਰ ਦਾ ਸਿਰ ਬੰਨੀ ਫਿਰਦਾ ਸੀ। ਮਰੀ ਚ ਘੋੜੇ ਕਿਰਾਏ ਤੇ ਦੇਣ ਵਾਲੇ ਕਿਉਂ ਨੀ ਹੱਸੇ? ਮੈਂ ਸਾਨੂੰ ਵਾਪਸ ਅੰਦਰ ਵੜ ਗਿਆ। ਚੱਲ ਜਾਓ, ਕਿੱਡਾ ਚਵਲ ਆਦਮੀ ਹੈ, ਸ਼ੁਰੂ ਚ ਨੀ ਹੱਸ ਪੈਦਾ ਹੁੰਦਾ ਚਵਲੇ, ਹਾਸੇ ਵਾਲੀ ਥਾਂ ਹੁੰਦੀ। ਸਿੱਖ ਸਵੇਰੇ ਸਵੇਰੇ ਘਰੋਂ ਨਿਕਲਿਆ, ਕੀ ਤਕਲੀਫ ਕੀ ਤਕਲੀਫ ਹੈ? ਉਹ ਸਿੱਖ ਤੇਰੇ ਘਰੋਂ ਨਿਕਲਿਆ, ਕੀ ਤਕਲੀਫ ਦੇ ਰਿਹਾ? ਉਹ ਨਿਕਲਣ ਤੇ ਦੇ ਯਾਰ, ਦੋ ਪੈਰ ਪੁੱਟਣ ਤੇ ਦੇ। ਲਓ ਜੀ, ਸਿੱਖ ਸਵੇਰੇ ਸਵੇਰੇ ਘਰੋਂ ਨਿਕਲਿਆ। ਅੱਛਾ ਜੀ, ਤੇ ਅੱਗੇ ਕੇਲੇ ਦਾ ਛਿੱਲੜ ਪਏ ਆ। ਅੱਛਾ ਜੀ, ਕੇਲੇ ਦੇ ਛਿੱਲੜ ਦਾ ਤਾਂ ਤੈਨੂੰ ਬੜਾ ਮਜ਼ਾ ਆਇਆ, ਬੜਾ ਮਜ਼ਾ ਆਇਆ ਇੱਕ ਮਿੰਟ। ਉੱਠੋ ਕਮੀ ਉਹ ਨਾਮ ਰਾਜੋ, ਚਵਲੋ ਜੀ ਤੁਹਾਨੂੰ ਚੌਰ ਜਣ ਬਹਿ ਕੇ ਹੱਸਣਾ ਵੀ ਭੁੱਲ ਗਏ ਆ। ਤੇਰਾ ਟਾਈਮ ਆਇਆ, ਤੂੰ ਆਪ ਘੜੀ ਚ ਵੜ ਕੇ ਟਿਕ ਟਿਕ ਕਰਨ ਡਿਆ। ਟਾਈਮ ਸਾਰਾ ਜ਼ਾਇਆ ਕਰ ਦਿੱਤਾ ਫੜ ਕੇ, ਚਵਲ ਜੇ ਮਨਸੂਬੇ ਬਣਾ ਕੇ ਤੜੇ ਮਨਸੂਬਿਆਂ ਨੂੰ ਕਾਮਯਾਬ ਕਰਨਗੀਆਂ। ਤੁਸੀਂ ਕਰੋੜਪਤੀ ਅਰਬਪਤੀ ਖਰਬਪਤੀ, ਹਾਂਜੀ, ਤੇ ਕਿਹੜੀਆਂ ਪਾਰਟੀਆਂ ਬਣਾਈਆਂ ਨੇ? ਪਾਰਟੀਆਂ ਦੇ ਸਿਲਸਿਲੇ ਚ ਅੱਜ ਸਭ ਤੋਂ ਪਹਿਲੇ ਮੈਂ ਬੁਲਾਇਆ ਮਿਸ ਸ਼ਨਾਜ਼। ਆਪਣੀ ਉਮਰ 20-22 ਸਾਲ ਦੀ ਸੀ। ਤੁਹਾਨੂੰ ਮੈਂ ਕੀ ਦੱਸਾਂ।